ਆਕੜਾਂ 'ਚ ਨਹੀਂ ਅਸੀਂ ਅਣਖਾਂ 'ਚ ਰਹਿੰਦੇ ਹਾਂ, ਪਿੱਠ ਪਿੱਛੇ ਗੱਲ ਨਹੀਂ ਸਿੱਧੀ ਮੂੰਹ 'ਤੇ ਕਹਿੰਦੇ ਹਾਂ। ਵੈਲਕਮ ਟੂ ਮਾਈ ਮੋਟੀਵੇਸ਼ਨਲ ਟਾਕਸ, ਆਈ ਐਮ ਸੰਜੀਵ ਸ਼ਰਮਾ ਅਤੇ ਅੱਜ ਜਿਸ ਮੁੱਦੇ 'ਤੇ ਅਸੀਂ ਗੱਲ ਕਰਾਂਗੇ ਉਹ ਹੈ ਦੋਸਤੀ। ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਦੋਸਤ ਹੁੰਦਾ ਹੈ, ਪਰ ਅੱਜ ਜੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਉਹ ਗੱਲਾਂ ਸੁਣ ਕੇ ਸ਼ਾਇਦ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣ ਅਤੇ ਸ਼ਾਇਦ ਕਈ ਲੋਕ ਉਹਨਾਂ ਗੱਲਾਂ 'ਤੇ ਯਕੀਨ ਵੀ ਨਾ ਕਰਨ। ਹਰ ਨਾਲ ਰਹਿਣ ਵਾਲਾ ਇਨਸਾਨ ਤੁਹਾਡਾ ਦੋਸਤ ਨਹੀਂ ਹੁੰਦਾ। ਜਿਨ੍ਹਾਂ ਲੋਕਾਂ ਨਾਲ ਤੁਸੀਂ ਵੱਡੇ ਹੋਏ ਹੋ, ਜਵਾਨੀ ਤੱਕ ਪਹੁੰਚੇ ਹੋ, ਜ਼ਰੂਰੀ ਨਹੀਂ ਕਿ ਉਹ ਇਨਸਾਨ ਤੁਹਾਡੇ ਪੱਕੇ ਮਿੱਤਰ ਹੋਣ ਜਾਂ ਚੰਗੇ ਦੋਸਤ ਹੋਣ। ਜੋ ਇਨਸਾਨ ਤੁਹਾਡੀ ਤਰੱਕੀ ਨੂੰ ਦੇਖ ਕੇ ਖੁਸ਼ ਨਹੀਂ ਹੋ ਰਹੇ, ਇਸਦਾ ਮਤਲਬ ਉਹ ਤੁਹਾਡੇ ਪੱਕੇ ਮਿੱਤਰ ਨਹੀਂ ਹਨ। ਜੇਕਰ ਤੁਹਾਡੇ ਦੋਸਤ ਤੁਹਾਨੂੰ ਤੁਹਾਡੀਆਂ ਕਮਜ਼ੋਰੀਆਂ ਨਹੀਂ ਦੱਸਦੇ, ਤੁਹਾਨੂੰ ਤੁਹਾਡੀਆਂ ਬੁਰਾਈਆਂ ਬਾਰੇ ਨਹੀਂ ਦੱਸਦੇ, ਤੁਹਾਨੂੰ ਮੋਟੀਵੇਟ ਨਹੀਂ ਕਰਦੇ, ਤਾਂ ਇਹਦਾ ਮਤਲਬ ਇਹ ਹੋਇਆ ਕਿ ਉਹ ਤੁਹਾਡੇ ਦੋਸਤ ਨਹੀਂ ਹਨ। ਜੇਕਰ ਤੁਹਾਨੂੰ ਤੁਹਾਡੇ ਦੋਸਤਾਂ ਨਾਲ ਗੱਲ ਕਰਕੇ ਦਿਮਾਗੀ ਸ਼ਾਂਤੀ ਨਹੀਂ ਮਿਲਦੀ, ਬਲਕਿ ਤੁਹਾਡਾ ਦਿਮਾਗੀ ਸੰਤੁਲਨ ਹੋਰ ਖਰਾਬ ਹੋ ਜਾਂਦਾ ਹੈ, ਤਾਂ ਇਸਦਾ ਮਤਲਬ ਇਹ ਹੋਇਆ ਕਿ ਉਹ ਤੁਹਾਡੇ ਪੱਕੇ ਮਿੱਤਰ ਨਹੀਂ ਹਨ। ਜੇਕਰ ਤੁਹਾਡੇ ਮਿੱਤਰ ਤੁਹਾਡੀ ਜ਼ਿੰਦਗੀ ਨੂੰ ਖੁੱਲ੍ਹ ਕੇ ਜਿਉਣ ਵਿੱਚ ਮਦਦ ਨਹੀਂ ਕਰਦੇ, ਤਾਂ ਇਸਦਾ ਮਤਲਬ ਇਹ ਹੋਇਆ ਕਿ ਉਹ ਤੁਹਾਡੇ ਪੱਕੇ ਮਿੱਤਰ ਨਹੀਂ ਹਨ। ਹਰ ਹੱਥ ਮਿਲਾਉਣ ਵਾਲਾ ਦੋਸਤ ਯਾਰ ਨਹੀਂ ਹੁੰਦਾ, ਹਰ ਵਕਤ ਕੰਮ ਆਉਣ ਵਾਲਾ ਇਨਸਾਨ ਹੀ ਦੋਸਤ ਕਹਿਲਾਉਂਦਾ ਹੈ। ਪਰ ਅੱਜ ਦੀ ਇਸ ਦੁਨਿਆਵੀ ਲੋੜਾਂ ਵਿੱਚ ਕਈ ਇਨਸਾਨ ਸਾਡੇ ਨਾਲ ਜੁੜ ਜਾਂਦੇ ਨੇ ਜੋ ਦੋਸਤ ਅਖਵਾਉਣਾ ਤਾਂ ਪਸੰਦ ਕਰਦੇ ਨੇ, ਪਰ ਉਹਨਾਂ ਨੂੰ ਦੋਸਤੀ ਦਾ ਮਤਲਬ ਪਤਾ ਨਹੀਂ ਹੁੰਦਾ। ਦੋਸਤ ਤੁਹਾਡੀਆਂ ਗੱਲਾਂ ਨੂੰ ਵਧਾ ਚੜਾ ਕੇ ਦੱਸਦੇ ਨੇ ਅਤੇ ਤੁਹਾਨੂੰ ਆਪਣੇ ਤੋਂ ਘੱਟ ਸਮਝਦੇ ਨੇ। ਕਿਉਂ ਇਨਸਾਨ ਤੁਹਾਡੇ ਦੋਸਤ ਨੇ? ਸਹਿਯੋਗ ਉਹਨਾਂ ਨੂੰ ਦਿਓ ਜੋ ਤੁਹਾਨੂੰ ਸਹਿਯੋਗ ਦੇ ਸਕਣ। ਐਵੇਂ ਗੱਲਾਂ ਦਾ ਕੜਾ ਬਣਾ ਕੇ ਪਰੋਸ ਦੇਣਾ ਵੀ ਕੋਈ ਵਧੀਆ ਗੱਲ ਨਹੀਂ। ਮੈਨੂੰ ਲੱਗਦਾ ਹੈ ਕਿ ਮੇਰੀ ਤਰ੍ਹਾਂ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦੇ ਦੋਸਤਾਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਸਵਾਰਨ ਦੀ ਬਜਾਏ ਖਰਾਬ ਕੀਤਾ ਹੋਵੇਗਾ। ਉਹਨਾਂ ਲੋਕਾਂ ਨੇ ਤੁਹਾਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਹੋਵੇਗੀ। ਤਾਂ ਵੇਲਾ ਆ ਗਿਆ ਹੈ, ਆਪਣੇ ਆਸ ਪਾਸ ਝਾਤੀ ਮਾਰੋ ਅਤੇ ਵੇਖੋ ਉਹ ਕਿਹੜੇ ਦੋਸਤ ਨੇ ਜੋ ਮੁਸ਼ਕਿਲ ਵੇਲੇ ਤੁਹਾਡੇ ਕੰਮ ਨਹੀਂ ਆਉਂਦੇ, ਅਤੇ ਅੱਜ ਹੀ ਅਲਵਿਦਾ ਕਹੋ ਉਹਨਾਂ ਦੋਸਤਾਂ ਨੂੰ। ਤੁਸੀਂ ਇਕੱਲੇ ਬੈਠ ਕੇ ਆਤਮ ਚਿੰਤਨ ਕਰੋ ਅਤੇ ਆਪਣੀਆਂ ਭਾਵਨਾਵਾਂ ਨੂੰ ਸਮਝੋ। ਆਪਣੇ ਮਾਤਾ ਪਿਤਾ, ਪਰਿਵਾਰ ਅਤੇ ਆਪਣੇ ਬੱਚਿਆਂ ਲਈ ਸਮਾਂ ਕੱਢੋ ਅਤੇ ਉਹਨਾਂ ਨਾਲ ਵਧੀਆ ਪਲ ਜੀਓ। ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ, ਇਸ ਨੂੰ ਬਰਬਾਦ ਨਾ ਕਰੋ। ਆਪਣੀ ਅੰਦਰੂਨੀ ਇੱਛਾਵਾਂ ਨੂੰ ਪੂਰਾ ਕਰੋ ਅਤੇ ਉਹ ਦੋਸਤ ਜੋ ਬਨਾਵਟੀ ਨੇ ਉਹਨਾਂ ਨੂੰ ਹਮੇਸ਼ਾ ਲਈ ਅਲਵਿਦਾ ਕਹੋ। ਜ਼ਿੰਦਗੀ ਨੂੰ ਖੂਬਸੂਰਤੀ ਨਾਲ ਜੀਓ। ਆਲਵੇਜ਼ ਬੀ ਹੈਪੀ।